ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਤੋਂ ਦਿੱਲੀ ਵੱਲ ਨੂੰ ਰੁੱਖ ਕਰ ਰਿਹਾ ਔਰ ਇਸ ਵਕਤ ਅਸੀਂ ਮੌਜੂਦ ਹਾਂ ਫਤਿਹਗੜ੍ਹ ਸਾਹਿਬ ਦੀ ਸਰਹੰਦ ਅਨਾਜ ਮੰਡੀ ਦੇ ਵਿੱਚ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੋਂ ਆਏ ਹੋਏ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਮੰਡੀ ਦੇ ਵਿੱਚ ਪਹੁੰਚ ਰਹੀਆਂ ਨੇ ਅਤੇ ਜਮਾਵੜਾ ਜਿਹੜਾ ਕਿਸਾਨਾਂ ਦਾ ਲੱਗਣਾ ਸ਼ੁਰੂ ਹੋ ਰਿਹਾ। ਜਿੱਥੇ ਤੱਕ ਦੇਖਾਂਗੇ ਸਰਹੰਦ ਅਨਾਜ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਖੜੀਆਂ ਕੀਤੀਆਂ ਹੋਈਆਂ ਨੇ, ਕਿਸਾਨ ਮੰਡੀ ਦੇ ਵਿੱਚ ਪਹੁੰਚ ਰਿਹਾ ਔਰ ਰਾਤ ਇੱਥੇ ਹੀ ਗੁਜ਼ਾਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ। ਹਜੇ ਤੱਕ ਜਿਹੜੀ ਮੀਟਿੰਗ ਹੈ, ਮੀਟਿੰਗ ਚੱਲ ਰਹੀ ਹੈ, ਮੀਟਿੰਗ ਦਾ ਕੋਈ ਵੀ ਹਜੇ ਤੱਕ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ ਅਤੇ ਕਿਸਾਨ ਉਸ ਉਡੀਕ ਦੇ ਵਿੱਚ ਨੇ ਕਿ ਮੀਟਿੰਗ ਦੇ ਵਿੱਚ ਜੇਕਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਤਾਂ ਆਪਣੇ ਘਰ ਨੂੰ ਵਾਪਸੀ ਕਰਨਗੇ, ਨਹੀਂ ਉਹ ਦਿੱਲੀ ਵੱਲ ਨੂੰ ਕੂਚ ਕਰਨ ਲਈ ਤਿਆਰ ਨੇ। ਇਹ ਤੁਸੀਂ ਦੇਖ ਸਕਦੇ ਹੋ ਸੰਘੂ ਬਾਰਡਰ 'ਤੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਡੇਰਾ ਲਾਇਆ ਸੀ ਉਸੇ ਤਰੀਕੇ ਨਾਲ ਅੱਜ ਇਹ ਸਰਹੰਦ ਦੀ ਅਨਾਜ ਮੰਡੀ ਦੇ ਵਿੱਚ ਬੈਠੇ ਨੇ, ਆਪਣਾ ਰਾਸ਼ਨ ਵੀ ਇਹਨਾਂ ਦੇ ਕੋਲ ਹੈ। ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਸਰਕਾਰ ਦੀ ਇਸ ਵਕਤ ਮੀਟਿੰਗ ਚੱਲ ਰਹੀ ਹੈ, ਮੀਟਿੰਗ ਦੇ ਵਿੱਚ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਨੇ, ਕਿਸਾਨ ਉਸ ਲਈ ਤਿਆਰ ਨੇ ਅਤੇ ਤੁਹਾਨੂੰ ਇਸ ਵਕਤ ਸਰਹੰਦ ਮੰਡੀ ਦੇ ਵੀ ਦਿਖਾ ਦਿੰਦੇ ਕਿ ਜਿੱਥੇ ਕਿਸਾਨ ਬੈਠੇ ਨੇ ਔਰ ਟਰਾਲੀਆਂ ਦੇ ਵਿੱਚ ਉਹਨਾਂ ਕੋਲ ਸਮਾਨ ਵੀ ਪੂਰਾ, ਆਪਣੇ ਰਾਸ਼ਨ ਤੋਂ ਲੈ ਕੇ ਲੱਕੜਾਂ, ਬਾਲਣ, ਪਾਣੀ ਸਭ ਕਿਸਾਨ ਆਪਣਾ ਲੈ ਕੇ ਆਏ ਹੋਏ ਨੇ ਅਤੇ ਇਸ ਵਕਤ ਸਰਹੰਦ ਅਨਾਜ ਮੰਡੀ ਦੇ ਵਿੱਚ ਆਰਾਮ ਕਰ ਰਹੇ ਨੇ। ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਔਰ ਇੱਥੇ ਕਿਸਾਨ ਵੀ ਮੌਜੂਦ ਨੇ, ਉਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਕਿਸ ਤਰੀਕੇ ਨਾਲ ਉਹਨਾਂ ਦੀ ਤਿਆਰੀ ਹੈ। ਕਿਆ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਡਾਕਟਰ ਦਲਜੀਤ ਸਿੰਘ ਜੀ। ਅਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਗੁਰਦਾਸਪੁਰ ਹੁਸ਼ਿਆਰਪੁਰ ਰੋਡ 'ਤੇ ਜਗਤਪੁਰ ਕਲਾਂ ਪੁਰਾਣਾਸ਼ਾਲਾ ਪਿੰਡ ਹੈ ਜੀ ਸਾਡਾ, ਜੋਨ ਬੀਬੀ ਸੁੰਦਰੀ ਜੀ ਪੁਰਾਣਾਸ਼ਾਲਾ। ਕਿੰਨੇ ਕਿਸਾਨ ਹੈਗੇ ਜਿਹੜੇ ਉੱਥੋਂ ਚੱਲੇ ਹੋਏ ਹਾਂ ਦਿੱਲੀ ਵਾਸਤੇ? ਲਗਭਗ ਸਾਡੀਆਂ ਜਿਹੜੀਆਂ ਉੱਥੋਂ ਉੱਧਰੋਂ ਗੁਰਦਾਸਪੁਰ ਤੋਂ ਦੋ ਰਸਤਿਆਂ ਤੋਂ ਆਪਾਂ ਆਏ ਹਾਂ, ਇੱਕ ਜਿਹੜਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਨੂੰ ਪੁਲ ਜੋੜਦਾ ਮੁਕੇਰੀਆਂ ਵਾਲਾ ਪੁਲ ਅਤੇ ਦੂਸਰਾ ਇੱਧਰੋਂ ਜਿਹੜਾ ਸ਼੍ਰੀ ਹਰਗੋਬਿੰਦਪੁਰ ਵਾਲਾ ਪੁਲ ਆ, ਜਿਹੜਾ ਅਸੀਂ ਗੁਰਦਾਸਪੁਰ ਤੋਂ ਉੱਧਰੋਂ ਪੁਰਾਣੇਸ਼ਾਲਿਆਂ ਵੱਲੋਂ ਆਏ ਹਾਂ। ਸਾਡੀਆਂ ਲਗਭਗ 35-36 ਟਰਾਲੀਆਂ ਜਿਹੜੀਆਂ ਉੱਧਰੋਂ ਆਈਆਂ ਜੀ ਕਿਸਾਨਾਂ ਦੀਆਂ। ਅਤੇ ਕਦੋਂ ਤੋਂ ਚੱਲੇ ਹੋਏ ਹੋ ਤੁਸੀਂ? ਅਸੀਂ ਕੱਲ੍ਹ ਸਵੇਰੇ 9 ਵਜੇ ਦੇ ਤਕਰੀਬ ਘਰੋਂ ਚੱਲੇ ਹਾਂ ਜੀ। ਅਤੇ ਹੁਣ ਅਗਲਾ ਪ੍ਰੋਗਰਾਮ ਕੀ ਆ? ਅਗਲਾ ਪ੍ਰੋਗਰਾਮ ਇਹ ਆ ਕਿ ਸਾਡੀ ਜਿਹੜੇ ਆਗੂਆਂ ਦੀ ਮੀਟਿੰਗ ਆ ਉਹ ਚੰਡੀਗੜ੍ਹ ਚੱਲ ਰਹੀ ਆ, ਸ਼ਾਇਦ ਹੋ ਗਈ ਆ, ਸੰਪੰਨ ਜਾਂ ਚੱਲ ਰਹੀ ਆ, ਅਤੇ ਉਹਦੇ 'ਤੇ ਜੋ ਵੀ ਆਗੂਆਂ ਦਾ ਸਾਨੂੰ ਹੁਕਮ ਮਿਲੇਗਾ ਉਹਦੇ ਵਾਸਤੇ ਅਸੀਂ ਬਿਲਕੁਲ ਤਿਆਰ ਬਰ ਤਿਆਰ ਹਾਂ। ਜੇ ਤੁਹਾਡੇ ਹੱਕ ਦੇ ਵਿੱਚ ਕੋਈ ਫੈਸਲਾ ਜਾਂ ਪੋਜ਼ਿਟਿਵ ਰਿਸਪੌਂਸ ਆਉਂਦਾ ਹੈ ਤਾਂ ਫਿਰ ਕਿੱਦਾਂ ਦਾ ਰੁਖ ਰਹੇਗਾ? ਹਾਂ ਬਿਲਕੁਲ, ਅਸੀਂ ਵੈਲਕਮ ਕਰਦੇ ਜੀ। ਜੇਕਰ ਸਰਕਾਰ ਸਾਡੀ ਸਰਕਾਰ ਆ, ਸਾਡੇ ਮੁੱਖ ਮੰਤਰੀ ਆ, ਸਾਡੇ ਪ੍ਰਧਾਨ ਮੰਤਰੀ ਜੀ ਆ, ਇਹ ਸਾਡੀ ਸਰਕਾਰ ਵਾ, ਜੇਕਰ ਉਹ ਸਾਡੇ ਹੱਕ ਦੀ ਗੱਲ ਕਰਦੀ ਆ ਤਾਂ ਬਿਲਕੁਲ ਅਸੀਂ ਮਤਲਬ ਖੁਸ਼ ਹਾਂ ਉਹਦੇ 'ਤੇ। ਜੇਕਰ ਨੈਗੇਟਿਵ ਫੈਸਲਾ ਮਿਲਦਾ, ਕੋਈ ਨੈਗੇਟਿਵ ਖਬਰ ਆਉਂਦੀ ਹੈ ਫਿਰ? ਹਾਂ, ਜੇਕਰ ਨੈਗੇਟਿਵ ਖਬਰ ਆਉਂਦੀ ਆ ਤਾਂ ਫਿਰ ਅਸੀਂ ਜਿਹੜਾ ਆਪਣੇ ਸਾਡੇ ਲਈ ਜ਼ਰੂਰੀ ਅਤੇ ਮਜਬੂਰੀ ਜਿਹੜਾ ਲੜਨਾ ਸਾਡੇ ਲਈ ਜ਼ਰੂਰੀ ਅਤੇ ਮਜਬੂਰੀ ਆ ਕੇ ਆਪਣੇ ਹੱਕਾਂ ਦੇ ਪ੍ਰਤੀ ਆਪਾਂ ਬਿਲਕੁਲ ਤਿਆਰ ਬਰ ਤਿਆਰ ਹੋ ਕੇ ਆਏ ਹਾਂ। ਮਹੀਨਿਆਂ ਬੱਧੀ, ਸਾਲਾਂ ਬੱਧੀ ਅਸੀਂ ਆਪਣਾ ਤਕਰੀਬਨ ਵੇਖੋ ਰਾਸ਼ਨ ਜਿਹੜਾ ਉਹ ਲੈ ਕੇ ਆਏ ਹਾਂ, ਜਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਆ, ਜਨਰੇਟਰ ਸਾਡੇ ਕੋਲ, ਪਾਣੀ ਦਾ ਪ੍ਰਬੰਧ ਆ ਜੀ, ਗੈਸ ਦਾ ਪ੍ਰਬੰਧ ਆ, ਬਾਲਣ ਦਾ ਪ੍ਰਬੰਧ ਆ, ਟਰਾਲੀਆਂ, ਵੱਡੀਆਂ ਟਰਾਲੀਆਂ ਬਾਲਣ ਦੀਆਂ ਲੈ ਕੇ ਆਏ ਹਾਂ। ਪਰ ਸਰਕਾਰ ਨੇ ਤਾਂ ਸ਼ੰਭੂ ਬੈਡਰ ਜਿਵੇਂ ਹੈਗਾ ਉੱਥੇ ਮੇਖਾਂ ਹੋਰ ਕਾਫੀ ਬੈਰੀਗੇਟਿੰਗ ਕੀਤੀ ਹੋਈ ਹੈ ਹੈਵੀ, ਉਦੋਂ ਕਿੱਦਾਂ ਪਾਰ ਕਰੋਗੇ? ਹਾਂ ਇਹ ਠੀਕ ਹੈ ਗੱਲ, ਉਹ ਸਰਕਾਰ ਦੀ ਆਪਣੀ ਸੋਚ ਆ, ਉਹਨਾਂ ਦੀ ਆਪਣੀ ਜਿਹੜੀ ਆ ਉਹ ਨੀਤੀ ਆ, ਪਰ ਜਿਹੜੀ ਕਿਸਾਨ ਦੀਆਂ ਜੋ ਮਜਬੂਰੀਆਂ ਜ਼ਰੂਰੀਆਂ ਵਾ ਉਹਨਾਂ ਨੂੰ ਵੇਖ ਕੇ ਜੋ ਸਰਕਾਰਾਂ ਦੀ ਆਪਣੀ ਰਣਨੀਤੀ ਆ ਉਹ ਸਾਡੀ ਆਪਣੀ ਰਣਨੀਤੀ ਆ, ਕੋਈ ਨਹੀਂ ਉਹਨਾਂ ਦਾ ਇਹ ਕੰਮ ਆ, ਉਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਆ, ਪਰ ਸਾਡੇ ਆਪਣੇ ਤਰੀਕੇ ਆ ਵੀ ਅਸੀਂ ਉਹ ਬੈਰੀਕੋਡ ਜਿਹੜੇ ਕਿਸ ਤਰ੍ਹਾਂ ਪੱਟਣੇ ਆ ਅਤੇ ਕਿਵੇਂ ਉਹ ਤੋਂ ਅੱਗੇ ਵਧਣਾ, ਉਹ ਸਾਡਾ ਆਪਣਾ ਵੀ ਰਣਨੀਤੀ ਤਿਆਰ ਆ ਸਾਡੀ ਬਿਲਕੁਲ।
ਤੁਸੀਂ ਫਿਰ ਦਿੱਲੀ ਜਾਣਾ ਹੀ ਜਾਣਾ? ਬਿਲਕੁਲ, ਦਿੱਲੀ ਆਪਣੇ ਹੱਕਾਂ ਵਾਸਤੇ ਲੈਣਾ ਜੀ। ਜੇਕਰ ਨਾ ਜਾਈਏ ਤਾਂ ਸਾਡੇ ਜਿਹੜੇ ਆ ਉਹ ਤਬਾਹੀ ਹੋ ਚੁੱਕੀ, ਬਿਲਕੁਲ ਹੜ੍ਹ ਮਾਰੇ ਜਾਂਦੇ ਆ, ਇਹ ਕੋਈ ਮੁਆਵਜ਼ਾ ਨਹੀਂ ਮਿਲਦਾ, ਫਸਲ ਬਰਬਾਦ ਹੋ ਜਾਂਦੀ, ਕੋਈ ਬਿਮਾਰੀ ਲੱਗ ਜਾਂਦੀ ਆ। ਸਰਕਾਰਾਂ ਝੂਠੀਆਂ ਟੀਵੀ ਦੇ ਉੱਪਰ ਅਖਬਾਰਾਂ ਦੇ ਵਿੱਚ ਮੁਆਵਜ਼ੇ ਦੀਆਂ ਗੱਲਾਂ ਕਰ ਜਾਂਦੀਆਂ, ਹਕੀਕਤ ਜ਼ਮੀਨੀ ਜ਼ੀਰੋ ਗਰਾਊਂਡ ਦੇ ਆਣ ਕੇ ਉੱਪਰ ਕੁਛ ਵੀ ਨਹੀਂ ਹੈ। ਇਸ ਕਰਕੇ ਸਾਡੇ ਲਈ ਲੜੋ ਜਾਂ ਮਰੋ, ਇਹ ਨੀਤੀ ਜਿਹੜੀ ਅਪਣਾਈ ਅਸੀਂ, ਜ਼ਰੂਰੀ ਮਜਬੂਰੀ ਆ ਸਾਡੀ, ਬਿਲਕੁਲ ਲੜਾਂਗੇ, ਤਿਆਰ ਬਾ ਤਿਆਰ ਅਸੀਂ। ਅਤੇ ਇੱਕ ਪਹਿਲਾਂ ਜਿਹੜਾ ਕਿਸਾਨ ਮੋਰਚਾ ਲੱਗਿਆ ਸੀਗਾ ਦਿੱਲੀ, ਉੱਥੇ ਕੀ ਕਮੀ ਰਹਿ ਗਈ ਸੀ ਜਿਹੜੇ ਦੁਬਾਰਾ ਹੁਣ ਮੋਰਚਾ ਲਾਉਣਾ ਪਿਆ? ਹਾਂ, ਉੱਥੇ ਇਹ ਸੀਗਾ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ, ਉਹਨਾਂ ਨੇ ਵਿਸ਼ਵਾਸ ਦਵਾਇਆ ਸੀ, ਇਹ ਕਾਨੂੰਨ ਵਾਪਸ ਲਏ। ਉਹ ਕਹਿੰਦੇ ਕਿ ਮੇਰੀ ਕੋਈ ਤਪੱਸਿਆ ਵਿੱਚ ਕੋਈ ਬੰਦਗੀ 'ਚ ਕੋਈ ਕਮੀ ਰਹਿ ਗਈ ਆ, ਅਤੇ ਮੈਂ ਫਿਰ ਸਮਝਾਵਾਂਗਾ ਉਹ ਨਾ। ਤਾਂ ਫਿਰ ਉਹਨਾਂ ਨੇ ਸਾਨੂੰ ਸਮਝਾਇਆ ਹੀ, ਅਤੇ ਨਾ ਸਾਡੀ ਸਮਝ 'ਚ ਆਏ ਵੀ ਉਹ ਸਾਡੇ ਭਲੇ ਦੇ ਕਾਨੂੰਨ ਆ। ਇਸ ਕਰਕੇ ਉਹ ਸਾਡੀ ਤਬਾਹੀ ਦੇ ਕਾਨੂੰਨ ਆ, ਸਾਡੀ ਬਰਬਾਦੀ ਦੇ ਕਾਨੂੰਨ ਆ, ਅਸੀਂ ਉਹ ਨਹੀਂ ਚਾਹੁੰਦੇ। ਇਸ ਕਰਕੇ ਜੋ ਸਾਡਾ ਹੱਕ ਵਾ, ਜੋ ਸਾਡੇ ਵੱਡਿਆਂ ਵਡੇਰਿਆਂ ਨੇ ਪੁਰਖਿਆਂ ਨੇ ਜਿਹੜੀ ਕਮਾਈ ਕੀਤੀ ਆ, ਸਾਡੀਆਂ ਜ਼ਮੀਨ ਜਾਇਦਾਦਾਂ ਬਣਾਈਆਂ ਵਾ, ਅੱਗੇ ਸਾਡਾ ਫਰਜ਼ ਆ ਵੀ ਅਸੀਂ ਆਪਣੇ ਬੱਚਿਆਂ ਵਾਸਤੇ ਛੱਡ ਕੇ ਜਾਈਏ। ਜਿਵੇਂ ਹੁਣ ਪੰਜਾਬ ਦੇ ਨੌਜਵਾਨ ਕਿਸਾਨ ਵੀ ਹੈ, ਉਹ ਵੀ ਬਾਹਰ ਨੂੰ ਰੁੱਖ ਕਰ ਰਹੇ ਆ, ਅਤੇ ਤੁਸੀਂ ਸੰਘਰਸ਼ ਦੀ ਰਾਹ 'ਤੇ ਚੱਲੇ ਹੋਏ ਆ, ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਸੰਦੇਸ਼ ਦਿਓਗੇ? ਨੌਜਵਾਨਾਂ ਨੂੰ ਇਹ ਆ ਕਿ ਮਜਬੂਰੀ ਆ, ਜੇਕਰ ਇੱਥੇ ਪੜ੍ਹਾਈ ਦਾ ਮੁੱਲ ਬੱਚਿਆਂ ਦੀ ਦਾ ਪਵੇ, ਇੱਥੇ ਰੁਜ਼ਗਾਰ ਮਿਲੇ, ਅਤੇ ਆਪੇ ਬੱਚੇ ਕਿਉਂ ਵਿਦੇਸ਼ਾਂ ਦੇ ਵਿੱਚ ਜਾਣ? ਅੱਜ ਇੱਕ ਇੱਕ ਦੋ ਦੋ ਸਕੀਮ 'ਤੇ ਦੀ ਸਰਫੇ ਦੀ ਔਲਾਦ ਆ, ਇੱਕ ਇੱਕ ਦੋ ਦੋ ਬੱਚੇ ਆ ਹਰ ਇੱਕ ਦੇ, ਅਤੇ ਉਹ ਵੀ ਵਿਦੇਸ਼ਾਂ ਦੇ ਵਿੱਚ ਲੱਖਾਂ ਰੁਪਈਆ ਲਾ ਕੇ, ਇੱਥੇ ਪੰਜਾਬ ਦਾ ਲੱਖਾਂ ਰੁਪਈਆ ਜਿਹੜਾ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਹਾ, ਅਤੇ ਉਹ ਸਾਰਾ ਜਿਹੜੀਆਂ ਜ਼ਿੰਮੇਵਾਰ ਸਰਕਾਰਾਂ ਵਾ। ਜੇਕਰ ਪੜ੍ਹਾਈ ਦਾ ਮੁੱਲ ਪਵੇ, ਯੋਗਤਾ ਦੇ ਅਨੁਸਾਰ ਇਹਨਾਂ ਨੂੰ ਇੱਥੇ ਨੌਕਰੀ ਮਿਲੇ, ਇਹਨਾਂ ਨੂੰ ਇੱਥੇ ਰੁਜ਼ਗਾਰ ਮਿਲੇ, ਅਤੇ ਬੱਚੇ ਕਦੀ ਵੀ ਅੱਖੋਂ ਪਰੋਖੇ ਕਦੀ ਨਾ ਹੋਣ। ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨ ਨੇ। ਕਿਆ ਨਾਮ ਹੈ ਤੁਹਾਡਾ? ਮੈਂ ਗੁਰਪ੍ਰੀਤ ਸਿੰਘ। ਕਿੱਥੋਂ ਆਏ ਹੋ ਤੁਸੀਂ? ਅਸੀਂ ਗੁਰਦਾਸਪੁਰ ਤੋਂ ਆਏ ਹਾਂ। ਕਦੋਂ ਦੇ ਚੱਲੇ ਹੋਏ ਹੋ? ਅਸੀਂ ਕੱਲ੍ਹ ਸਵੇਰ ਦੇ ਚੱਲੇ ਜੀ, 9 ਵਜੇ। ਤੁਹਾਨੂੰ ਕੀ ਲੱਗਦਾ, ਜਿਵੇਂ ਪਹਿਲਾਂ ਮੋਰਚਾ ਲਾਇਆ ਸੀਗਾ, ਉਹਦੇ 'ਚ ਕੀ ਕਮੀ ਰਹਿ ਗਈ ਸੀ ਦੁਬਾਰਾ ਲਾਉਣਾ ਪਿਆ? ਉਹਦੇ ਵਿੱਚ ਕਮੀ, ਕੋਈ ਮੋਰਚਾ ਲਾਉਣਾ ਕੋਈ ਅਣਖ ਦਾ ਸਵਾਲ ਨਹੀਂ ਆ। ਸਾਡੀਆਂ ਕੋਈ ਮੰਗਾਂ ਸੀ ਜਿਹੜੀਆਂ ਉਦੋਂ ਕਹਿੰਦੇ ਵੀ ਮੰਨ ਲਾਂਗੇ, ਜਦੋਂ ਨਹੀਂ ਮੰਗਾਂ ਮੰਨੀਆਂ ਤਾਂ ਫਿਰ ਹੀ ਸਾਨੂੰ ਉੱਠ ਕੇ ਆਉਣਾ ਪਿਆ। ਇੰਨੀਆਂ ਮਜਬੂਰੀਆਂ ਦੇ ਵਿੱਚ ਇੰਨਾ ਸਫ਼ਰ ਕਰਕੇ ਜਾ ਰਹੇ ਹਾਂ ਆਪਾਂ। ਜਿਵੇਂ ਹੁਣ ਕੱਲ੍ਹ ਦੇ ਚੱਲੇ ਹੋਏ ਹੋ, ਅਤੇ ਹੁਣ ਅੱਜ ਫਤਿਹਗੜ੍ਹ ਸਾਹਿਬ ਤੁਸੀਂ ਸਟੇਅ ਕਰ ਰਹੇ ਹੋ, ਅਤੇ ਅਗਲਾ ਟੀਚਾ ਕੀ ਹੋ? ਬਸ ਅੱਗੇ ਹੁਣ ਆਪਣੀ ਸੂਬਾ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਜੀ, ਉੱਥੇ ਜਿਹੜੀ ਕੇਂਦਰੀ ਮੰਤਰੀ 3 ਆਏ ਹੋਏ ਚੰਡੀਗੜ੍ਹ ਦੇ ਵਿੱਚ, ਸਾਰੇ ਉਹਦੀ ਉਡੀਕ 'ਚ ਆ। ਮੀਟਿੰਗ ਤੋਂ ਬਾਅਦ ਕੀ ਰਿਜ਼ਲਟ ਨਿਕਲਦਾ, ਜਿੱਦਾਂ ਦੇਸ਼ ਹੋਊਗਾ ਉਸ ਵੇਲੇ ਇੱਥੋਂ ਚਾਲੇ ਪਾ ਦਾਂਗੇ। ਤੁਸੀਂ ਖੇਤੀ ਕਰਦੇ ਹੋ ਆਪ? ਹਾਂਜੀ, ਖੁਦ ਖੇਤੀ ਕਰਦੇ ਹਾਂ। ਅਤੇ ਜਿਵੇਂ ਅੱਜ ਦੇ ਪੰਜਾਬ ਦਾ ਨੌਜਵਾਨ ਬਾਹਰ ਨੂੰ ਰੁੱਖ ਕਰ ਰਿਹਾ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਹਰ ਨੂੰ ਰੁੱਖ ਮਜਬੂਰੀ 'ਚ ਹੀ ਕਰ ਰਿਹਾ ਜੀ। ਖੇਤੀ ਇਸ ਟਾਈਮ ਜੇ ਆਪਾਂ ਕਹੀਏ ਵੀ ਕੋਈ ਸਰਕਾਰ ਜੇ ਸਾਡੀਆਂ ਸਾਰੀਆਂ ਜਿੱਦਾਂ ਮੰਗਾਂ ਮੰਨੇ, MSP ਹਰ ਚੀਜ਼ ਕਿਸਾਨ ਨੂੰ ਮਿਲੇ, ਫਿਰ ਤਾਂ ਨੌਜਵਾਨ ਵੀ ਰੁਕੇ। ਉਹ ਵੀ ਇੱਕ ਮਜਬੂਰੀ ਵਾਸਤੇ ਜਾ ਰਿਹਾ, ਜਦੋਂ ਫਸਲਾਂ ਦਾ ਮੁੱਲ ਸਹੀ ਨਹੀਂ ਮਿਲਦਾ, ਹਰ ਚੀਜ਼ ਕੁਦਰਤੀ ਆਫਤਾਂ ਹੁੰਦੀਆਂ, ਕੋਈ ਮੁਆਵਜ਼ਾ ਨਹੀਂ ਮਿਲਦਾ, ਉਹਦੇ ਕਰਕੇ ਫਿਰ ਜ਼ਿਮੀਦਾਰ ਨੂੰ ਬਾਹਰ ਜਾਣਾ ਪੈਂਦਾ, ਜ਼ਿਮੀਦਾਰ ਦੇ ਪੁੱਤ ਨੂੰ। ਹੁਣ ਜਿਹੜੀਆਂ ਮੰਗਾਂ ਹੈਗੀਆਂ ਨੇ, ਸੂਬਾ ਸਰਕਾਰ ਦੀਆਂ ਹੈ ਜਾਂ ਸੈਂਟਰ ਸਰਕਾਰ? ਨਹੀਂ, ਸਾਡੀਆਂ ਸੈਂਟਰ ਸਰਕਾਰ ਨਾਲ ਮੰਗਾਂ ਹੀ ਹੈ, ਇਹਦੇ ਵਿੱਚ ਮੇਨ MSP ਦਾ ਕਾਨੂੰਨ ਆ। ਠੀਕ ਹੈ ਜੀ, ਬਾਕੀ ਹੋਰ ਵੀ ਜਿਹੜੀਆਂ ਛੋਟੀਆਂ 10 ਮੰਗਾਂ ਹੋਰ ਆਏ ਉਹਦੇ ਵਿੱਚ, ਸਾਰੀਆਂ ਸੈਂਟਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ। ਕਿਸਾਨ ਹੋਰ ਵੀ ਨੇ, ਤਾਂ ਕੀ ਕਹਿਣਾ ਚਾਹੁੰਦੇ ਤੁਸੀਂ? ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ ਜੀ, ਸਰਕਾਰ ਪੰਜਾਬ ਨੂੰ ਹੇਠਾਂ ਸੁੱਟਣਾ ਚਾਹੁੰਦੀ ਆ। ਅਸੀਂ ਆਪਣੇ ਘਰ ਆਖਰੀ ਫਤਿਹ ਬੁਲਾ ਕੇ ਆ ਗਏ ਹਾਂ ਜੀ, ਜੇ ਜਾਵਾਂਗੇ ਤਾਂ ਆਪਣੀ MSP ਬਚਾ ਕੇ ਜਾਵਾਂਗੇ, ਨਹੀਂ ਜਾਵਾਂਗੇ ਤਾਂ ਅਸੀਂ ਨਹੀਂ ਜਾਵਾਂਗੇ। ਅਸੀਂ ਗੁਰਦਾਸਪੁਰ ਤੋਂ ਆਏ ਹਾਂ, ਅਸੀਂ ਵਾਪਸ ਨਹੀਂ ਜਾਵਾਂਗੇ, ਹੁਣ ਆਪਣੇ ਹੱਕ ਲੈ ਕੇ ਜਾਵਾਂਗੇ। ਸਾਡੇ ਜਨਰਲ ਹੱਕ ਵਾ, ਅਸੀਂ ਕਿਸੇ ਵੀ ਵਰਗ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ। ਜੋ ਵੀ ਸਾਡੇ ਨਾਲ ਹੋ ਰਿਹਾ ਵਾ, ਬਹੁਤ ਧੱਕਾ ਹੋ ਰਿਹਾ ਵਾ, 40 ਸਾਲ ਤੋਂ ਧੱਕਾ ਹੋ ਰਿਹਾ। ਇਹ ਮੋਦੀ ਸਰਕਾਰ ਨੇ ਕਿਹਾ ਸੀ ਕਿ ਮੈਂ 24 ਦੇ ਵਿੱਚ ਹਰ ਜ਼ਿਮੀਦਾਰ ਦੀ ਇਨਕਮ ਦੁੱਗਣੀ ਕਰਾਂਗਾ, ਦੁੱਗਣੀ ਦੀ ਬਜਾਏ ਹੇਠਾਂ ਹੁੰਦੀ ਗਈ ਆ।
ਕਿਸਾਨ ਇੱਕ ਹੋਰ ਗੱਲ ਕਹਿੰਦੇ ਕਿਸਾਨ ਜਿਵੇਂ ਕਿਸਾਨ ਅੰਦੋਲਨ ਹੁੰਦਾ ਜਾਂ ਧਰਨੇ ਲੱਗਦੇ ਆ ਤੇ ਉੱਥੇ ਇੱਕ ਗੱਲ ਕੀ ਜਾਂਦੀ ਹੈ ਵੀ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ, ਤੁਸੀਂ ਉਹਨੂੰ ਕਿਸ ਨਜ਼ਰ ਦੇ? ਵੇਖੋ, ਅਸੀਂ ਆਮ ਜਨਤਾ ਤੋਂ ਇੱਕ ਮਾਫ਼ੀ ਮੰਗਣਾ ਚਾਹੁੰਦੇ ਹਾਂ ਕਿ ਜੇ ਸਾਡੇ ਕਰਕੇ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਹੁੰਦੀ ਹੈ ਅਸੀਂ ਮਾਫ਼ੀ ਮੰਗਦੇ ਹਾਂ, ਪਰ ਸਾਡੀਆਂ ਵੀ ਮਜਬੂਰੀਆਂ ਨੇ, ਸਾਡੇ ਬੱਚੇ ਨੇ, ਸਾਡੇ ਬੱਚੇ ਰੁੜ ਰਹੇ ਨੇ ਸਾਡੇ ਉੱਤੇ, ਇੰਨਾ ਜਿਹੜੇ ਸਾਡੇ ਲੋਨ ਅਸੀਂ ਅੱਜ ਤੋਂ ਪਹਿਲਾਂ ਸਾਡੇ ਦਾਦੇ ਪੁਰਖਿਆਂ ਨੇ 5-5 ਲੱਖ ਲਏ ਸੀ, ਅੱਜ 25-25 ਲੱਖ 50-50 ਲੱਖ ਬਣ ਗਏ ਆ, ਸਿਰਫ ਵਿਆਜ 'ਤੇ ਹੀ ਬਣੇ ਆ, ਅਸੀਂ ਉਹਨਾਂ ਦੀ ਇੰਸਟਾਲਮੈਂਟ ਕਿਸ਼ਤਾਂ ਵੀ ਤਾਰਨੇ ਆ, ਪਰ ਸਾਨੂੰ ਕੋਈ ਹੱਕ ਨਹੀਂ ਮਿਲਿਆ, ਇਹ ਸਰਕਾਰ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਜੀ। ਤੁਸੀਂ ਦੇਖ ਰਹੇ ਹੋ ਕਿਸਾਨ ਜਿਹੜਾ ਹੈ ਪੰਜਾਬ ਦਾ ਕਿਸਾਨ ਹੁਣ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੁਝ ਕਰਨ ਦੀ ਤਿਆਰੀ ਦੇ ਵਿੱਚ ਹੈ, ਸਿਰਫ ਇੱਕੇ ਚੀਜ਼ ਦੀ ਉਡੀਕ ਹੈ, ਉਹ ਹੈ ਮੀਟਿੰਗ ਦੇ ਵਿੱਚ ਆਉਣ ਵਾਲੇ ਫੈਸਲੇ ਦੀ। ਜੇਕਰ ਮੀਟਿੰਗ ਦਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਰਹਿੰਦਾ ਤਾਂ ਇਹ ਘਰ ਨੂੰ ਵਾਪਸ ਜਾਣਗੇ, ਨਹੀਂ ਤਾਂ ਇਹ ਦਿੱਲੀ ਵੱਲ ਨੂੰ ਕੂਚ ਕਰਨ ਲਈ ਤਿਆਰ ਨੇ। ਹਾਲਾਤ ਇੱਥੇ ਤੱਕ ਹੋ ਗਏ ਨੇ ਕਿ ਇਹ ਜਿੱਦ 'ਤੇ ਵੀ ਅੜੇ ਨੇ ਅਤੇ ਆਪਣੀ ਮੰਗਾਂ ਦਾ ਸਵਾਲ ਲੈ ਕੇ ਚੱਲੇ ਨੇ ਵੀ ਅਸੀਂ ਘਰ ਵਾਪਸ ਨਹੀਂ ਜਾਵਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਜ਼ਰੂਰਤ ਹੈ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦੇਣ ਦੀ। ਗੁਰਦੀਪ ਸਿੰਘ, ਨਿਊਜ਼ 18 ਫਤਿਹਗੜ੍ਹ ਸਾਹਿਬ। ਕਿਸਾਨ ਮਜ਼ਦੂਰ ਇੱਕ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।